ਪੁਲਿਸ ਦੀ ਬੇੜੀਆਂ ਦੇ ਵਿੱਚ ਜਕੜਿਆ ਹੋਇਆ ਇਹ ਸ਼ਖਸ ਇੱਕ ਗ੍ਰੰਥੀ ਹੈ। ਇਸਨੇ ਦੋ ਬੱਚੀਆਂ ਦੇ ਨਾਲ ਬੜੀ ਹੀ ਨੀਚ ਕਰਤੂਤ ਕੀਤੀ ਹੈ। ਦਰਅਸਲ ਤੁਹਾਨੂੰ ਦੱਸ ਦਈਏ ਕਿ ਦੋ ਭੈਣਾਂ ਇੱਕ ਗਰੀਬ ਪਰਿਵਾਰ ਦੇ ਵਿੱਚੋਂ ਸਨ, ਇੱਕ ਗਰੀਬ ਕਿਸਾਨ ਦਾ ਪਰਿਵਾਰ। ਤੁਹਾਨੂੰ ਪਤਾ ਹੋਵੇਗਾ ਪੰਜਾਬ ਦੇ ਵਿੱਚ ਬੀਤੇ ਮਹੀਨਿਆਂ 'ਚ ਹੜ੍ਹ ਆਏ ਸੀ, ਉਹਨਾਂ ਹੜ੍ਹਾਂ ਦੇ ਵਿੱਚ ਕਈ ਕਿਸਾਨਾਂ ਦਾ ਨੁਕਸਾਨ ਹੋਇਆ। ਬਸ ਇਸੇ ਗੱਲ ਦਾ ਫਾਇਦਾ ਚੁੱਕਦੇ ਹੋਏ ਇਸ ਗ੍ਰੰਥੀ ਨੇ ਇਹਨਾਂ ਕੁੜੀਆਂ ਦੇ ਪਰਿਵਾਰ ਨੂੰ ਇਹ ਕਿਹਾ ਕਿ ਉਹ ਉਹਨਾਂ ਪਰਿਵਾਰਾਂ ਨੂੰ ਮੁਆਵਜ਼ਾ ਦਿਵਾਏਗਾ। ਪਰਿਵਾਰਾਂ ਨੇ ਵੀ ਭਰੋਸਾ ਕਰ ਲਿਆ। ਗ੍ਰੰਥੀ ਦੀ ਇਹ ਸ਼ਰਤ ਸੀ ਕਿ ਕੁੜੀਆਂ ਦੇ ਨਾਮ 'ਤੇ ਮੁਆਵਜ਼ਾ ਮਿਲੇਗਾ ਅਤੇ ਸਾਈਨ ਕੁੜੀਆਂ ਨੂੰ ਕਰਨ ਲਈ ਜਾਣੇ ਪੈਣਗੇ। ਤਾਂ ਇਸ ਗ੍ਰੰਥੀ ਨੇ ਉਹਨਾਂ ਦੋਨਾਂ ਭੈਣਾਂ ਨੂੰ ਇੱਕ ਇੱਕ ਕਰਕੇ ਰੂਮ 'ਤੇ ਲੈ ਕੇ ਗਿਆ। ਉੱਥੇ ਜਾ ਕੇ ਇਸਨੇ ਪਹਿਲਾਂ ਪੇਪਰਾਂ 'ਤੇ ਸਾਈਨ ਕਰਵਾਏ, ਫਿਰ ਕੋਲਡ ਡਰਿੰਕ ਦੇ ਵਿੱਚ ਨਸ਼ੀਲੀ ਚੀਜ਼ ਮਿਲਾ ਕੇ ਕੁੜੀਆਂ ਨੂੰ ਪਿਲਾ ਦਿੱਤਾ, ਜਿਸ ਤੋਂ ਬਾਅਦ ਕੁੜੀ ਬੇਹੋਸ਼ ਹੋ ਜਾਂਦੀ ਹੈ ਅਤੇ ਉਸ ਦੇ ਨਾਲ ਇਹ ਨੀਚ ਹਰਕਤ ਕਰਦਾ ਹੈ। ਜਦ ਕੁੜੀ ਨੂੰ ਹੋਸ਼ ਆਉਂਦਾ ਹੈ ਉਹ ਵਿਰੋਧ ਕਰਦੀ ਹੈ ਅਤੇ ਇਹ ਗ੍ਰੰਥੀ ਉਸ ਦੀਆਂ ਫੋਟੋਆਂ ਖਿੱਚ ਚੁੱਕਾ ਸੀ ਅਤੇ ਉਹ ਫੋਟੋਆਂ ਦਿਖਾ ਕੇ ਇਹਨਾਂ ਨੂੰ ਧਮਕਾਉਂਦਾ ਹੈ ਅਤੇ ਦੋਨੇ ਭੈਣਾਂ ਦੇ ਨਾਲ ਲਗਾਤਾਰ ਗਲਤ ਕੰਮ ਕਰਦਾ ਹੈ। ਇੱਕ ਦਿਨ ਇਸ ਗ੍ਰੰਥੀ ਨੇ ਉਹਨਾਂ ਭੈਣਾਂ ਦੀਆਂ ਗਲਤ ਤਸਵੀਰਾਂ ਵਟਸਐਪ 'ਤੇ ਵਾਇਰਲ ਵੀ ਕਰਤੀਆਂ ਸੀ। ਫਿਰ ਕੀ ਸੀ, ਕੁੜੀਆਂ ਨੇ ਹਿੰਮਤ ਦਿਖਾਈ ਅਤੇ ਆਪਣੇ ਪਰਿਵਾਰ ਨੂੰ ਸਾਰਾ ਸੱਚ ਦੱਸਿਆ ਅਤੇ ਹੁਣ ਇਹ ਸ਼ਖਸ ਸਲਾਖਾਂ ਪਿੱਛੇ ਹੋਵੇਗਾ। ਅਤੇ ਮਾਮਲਾ ਸੁਲਤਾਨਪੁਰ ਲੋਧੀ ਦੇ ਇੱਕ ਪਿੰਡ ਦਾ ਦੱਸਿਆ ਜਾ ਰਿਹਾ ਹੈ, ਜਿੱਥੇ ਇਹਨਾਂ ਬੱਚੀਆਂ ਦੇ ਨਾਲ ਇਸ ਨੀਚ ਨੇ ਬਹੁਤ ਹੀ ਬੁਰੀ ਤਰੀਕੇ ਦੇ ਨਾਲ ਧੱਕਾ ਕੀਤਾ, ਉਹਨਾਂ ਦੇ ਨਾਲ ਅਸ਼ਲੀਲ ਹਰਕਤਾਂ ਕੀਤੀਆਂ, ਉਹਨਾਂ ਨੂੰ ਬਲੈਕਮੇਲ ਕੀਤਾ। ਹੁਣ ਇਸ 'ਤੇ ਪੋਕਸੋ ਐਕਟ ਲੱਗ ਚੁੱਕਿਆ ਹੈ ਅਤੇ ਇਸ ਦੀ ਗ੍ਰਿਫਤਾਰੀ ਹੋ ਗਈ ਹੈ। ਹੁਣ ਅੱਗੇ ਪੁਲਿਸ ਦੀ ਕੀ ਕਾਰਵਾਈ ਹੋਵੇਗੀ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਹੁਣ ਕਈ ਲੋਕਾਂ ਦੇ ਮਨਾਂ 'ਚ ਸਵਾਲ ਆਵੇਗਾ ਕਿ ਕੁੜੀ ਦੇ ਪਰਿਵਾਰ ਨੇ ਇਸ 'ਤੇ ਭਰੋਸਾ ਕਿਉਂ ਕੀਤਾ। ਦਰਅਸਲ ਇੱਕ ਗੁਰੂ ਘਰ ਦਾ ਗ੍ਰੰਥੀ ਸੀ ਅਤੇ ਗ੍ਰੰਥੀ ਸਿੱਖ ਕੌਮ ਦੇ ਵਿੱਚ ਜਿਹੜੇ ਲੋਕ ਨੇ ਉਹ ਗ੍ਰੰਥੀਆਂ 'ਤੇ ਆਸਾਨੀ ਦੇ ਨਾਲ ਭਰੋਸਾ ਕਰ ਲੈਂਦੇ ਨੇ। 28 ਸਾਲ ਇਸ ਦੀ ਉਮਰ ਦੱਸੀ ਜਾ ਰਹੀ ਹੈ। ਇੱਕ ਗੁਰੂ ਘਰ ਦਾ ਇਹ ਗ੍ਰੰਥੀ ਸੀ, ਘਰ ਦੇ ਵਿੱਚ ਗ੍ਰੰਥੀ ਦੀ ਹੈਸੀਅਤ ਦੇ ਨਾਲ ਐਂਟਰੀ ਲੈਂਦਾ ਹੈ, ਫਿਰ ਪਰਿਵਾਰ ਨੂੰ ਇਹ ਭਰੋਸਾ ਦਿਵਾਉਂਦਾ ਹੈ ਕਿ ਉਹਨਾਂ ਦੇ ਨੁਕਸਾਨ ਦਾ ਮੁਆਵਜ਼ਾ ਇਹ ਦਿਵਾਏਗਾ। ਪਰਿਵਾਰ ਗਰੀਬ ਸੀ, ਉਹਨਾਂ ਦੇ ਕੋਲ ਮੁਆਵਜ਼ਾ ਲੈਣ ਦੇ ਲਈ ਹੋਰ ਕੋਈ ਚਾਰਾ ਨਹੀਂ ਸੀ ਕਿਉਂਕਿ ਉਹਨਾਂ ਦਾ ਫਸਲਾਂ ਦਾ ਨੁਕਸਾਨ ਬਹੁਤ ਹੋ ਗਿਆ। ਜਿਸ ਤੋਂ ਬਾਅਦ ਇਸ ਨੇ ਉਹਨਾਂ ਦੀ ਗਰੀਬੀ ਦਾ ਫਾਇਦਾ ਚੁੱਕਿਆ ਅਤੇ ਉਹਨਾਂ ਦੀ ਧੀਆਂ ਦੀ ਇੱਜ਼ਤ ਰੋਲ ਕੇ ਰੱਖ ਦਿੱਤੀ। ਹੁਣ ਵੇਖਣਾ ਇਹ ਹੋਵੇਗਾ ਕਿ ਨਿਆਂ ਦੀ ਅਦਾਲਤ ਦੇ ਵਿੱਚ ਇਸ ਨੂੰ ਕੀ ਸਜ਼ਾ ਮਿਲ ਸਕਦੀ ਹੈ। ਇਸ ਤਰ੍ਹਾਂ ਜੀ ਇਤਲਾਹ ਮਿਲੀ ਸੀ ਆਪਾਂ ਨੂੰ ਕਿ ਪ੍ਰਗਟ ਸਿੰਘ ਪੁੱਤਰ ਸਾਹਿਬ ਸਿੰਘ ਜਿਹੜਾ ਪਹਿਲਾਂ ਪਿੰਡ ਮੰਡ ਬਾਊਪੁਰ ਗੁਰਦੁਆਰਾ ਸਾਹਿਬ ਗ੍ਰੰਥੀ ਰਿਹਾ, ਉਹਨੇ ਦੋ ਭੈਣਾਂ ਜਿਨ੍ਹਾਂ 'ਚੋਂ ਇੱਕ ਦੀ ਉਮਰ 16 ਸਾਲ ਅਤੇ ਦੂਸਰੀ ਦੀ ਉਮਰ 14 ਸਾਲ ਹੈ, ਉਹਨਾਂ ਨੂੰ ਉਹਨਾਂ ਦੇ ਨਾਲ ਇੱਕ ਨਾਲ ਰੇਪ ਕੀਤਾ ਅਤੇ ਦੂਸਰੀ ਜਿਹੜੀ ਆ ਉਹਦੇ ਨਾਲ ਵੀ ਜਿਹੜੀ ਅਸ਼ਲੀਲ ਛੇੜਛਾੜ ਕੀਤੀ ਹੈ, ਜਿਸ 'ਤੇ ਉਹਦੇ ਖਿਲਾਫ ਜਿਹੜਾ ਮੁਕੱਦਮਾ ਨੰਬਰ 15 ਦਰਜ ਰਜਿਸਟਰ ਕੀਤਾ ਗਿਆ ਅਤੇ ਜਿਹੜਾ ਪ੍ਰਗਟ ਸਿੰਘ ਦਾ ਦੋਸ਼ੀ ਉਹਨੂੰ ਗ੍ਰਿਫਤਾਰ ਕਰਕੇ ਅਤੇ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਰਿਮਾਂਡ ਵੀ ਹਾਸਲ ਹੋਇਆ? ਹਾਂਜੀ, ਇਹਦਾ ਅਸੀਂ 2 ਦਿਨ ਰਿਮਾਂਡ ਹਾਸਲ ਕੀਤਾ ਸੀ ਤਾਂ ਕਿ ਜਿਹੜੀ ਹੋਰ ਵੀ ਕੋਈ ਕਾਰਵਾਈ ਵੀ ਜੇ ਕਿਸੇ ਹੋਰ ਲੜਕੀ ਨੂੰ ਇਹਨੇ ਕੋਈ ਇਸ ਤਰ੍ਹਾਂ ਪਰੇਸ਼ਾਨ ਕੀਤਾ ਹੋਵੇ ਉਹਦੀ ਜਿਹੜੀ ਤਸਦੀਕ ਤਫਤੀਸ਼ ਚੱਲ ਰਹੀ ਹੈ। ਇਹਦੇ ਖਿਲਾਫ ਮੁਕੱਦਮਾ ਨੰਬਰ ਜਿਹੜਾ 15, 376, 506, 511, 3, 4 ਜਿਹੜਾ ਪੋਕਸੋ ਐਕਟ ਅਤੇ ਜਿਹੜੀਆਂ ਇਹਨਾਂ ਨੇ ਬੱਚੀਆਂ ਦੀਆਂ ਅਸ਼ਲੀਲ ਫੋਟੋ ਵਾਇਰਲ ਕੀਤੀਆਂ ਉਹਦਾ 66E ਐਕਟ ਦੇ ਤਹਿਤ ਜਿਹੜਾ ਮੁਕੱਦਮਾ ਦਰਜ ਕੀਤਾ। ਲੜਕੀਆਂ ਨੂੰ ਸ਼ਿਕਾਰ ਕਿਵੇਂ ਬਣਾਇਆ ਗਿਆ ਇਸ ਤਰ੍ਹਾਂ ਗ੍ਰੰਥੀ ਵੱਲੋਂ? ਹਾਂ, ਤਫਤੀਸ਼ ਦੇ ਦੌਰਾਨ ਇਹ ਗੱਲ
ਆਈ ਆ ਵੀ ਇਹ ਬੱਚੀਆਂ ਜਿਹੜੀਆਂ ਮਤਲਬ ਉੱਥੇ ਗ੍ਰੰਥੀ ਸੀਗਾ, ਇਸ ਤਰ੍ਹਾਂ ਕੁਝ ਇਹਨਾਂ ਦਾ ਸੰਪਰਕ ਬਣਿਆ। ਬੱਚੀਆਂ ਦੀ ਉਮਰ ਥੋੜ੍ਹੀ ਸੀ ਔਰ ਇਹਨੇ ਜਿਹੜੀ ਆ ਸਾਜਿਸ਼ ਚਾਲਬਾਜ ਕਰਕੇ ਅਤੇ ਬੱਚੀਆਂ ਨੂੰ ਜਿਹੜਾ ਮਤਲਬ ਗਲਤ ਭਰੋਸੇ ਚ ਹੜ੍ਹ ਦੇ ਦੌਰਾਨ ਪੈਸੇ ਪਵਾਉਣ ਦੀ ਵੀ ਗੱਲ ਹੋ ਰਹੀ ਹੈ ਮੈਟਰ। ਕੁਛ ਹੋਇਆ ਕਿ ਇਹ ਉਹਨਾਂ ਨੂੰ ਇਹੋ ਜਿਹੇ ਲਾਰੇ ਲਾਉਂਦਾ ਰਿਹਾ ਕਿ ਇਸ ਏਰੀਏ 'ਚ ਹੜ੍ਹ ਆਇਆ ਅਤੇ ਮੈਂ ਜਿਹੜਾ ਤੁਹਾਨੂੰ ਇਸਦੇ ਜਿਹੜੇ ਮੁਆਵਜ਼ਾ ਪੈਸੇ ਦਵਾ ਦਾਂਗਾ। ਇਸ ਬਹਾਨੇ ਗਲਤ ਜਿਹੜੀ ਹਰਕਤ ਕੀਤੀ।